दो बच्चों को छड्ड के गई एक कलयुग की माँ का तुहाडे सामने सच लियाउण जा रहे हैं। तो पहला तो धन्यवाद करना चाहूँगा कि जिन्ने भी इंसानों ने जिन्ने भी लोगों ने ये वीडियो शेयर की सी। जी फोटो तुसी देख रहे हैं सारी स्टोरी लास्ट तक जरूर सुनियो, ये की सच्चाई है ये सामने आ चुकी है सारी। और जेडे मुंडे नाल ये कुड़ी घरों छड्ड के चली गई सी वो मुंडे की भी तुहानूं मैं फोटो दिखा दिंदा। वो मुंडा वा और ये मुंडा जलालाबाद शहर का रहन वाला वा। और आह भैन की फोटो आ और आह मुंडे की फोटो आ जिहदे नाल ये कुड़ी गई आ। एक बहुत कहिंदे एक इंसानियत लई शर्मसार गल सीगी कि साडे समाज च किदां दी घटनावां हो रहीआं कि एक विआह कराए नूं इह कुड़ी नूं 12 साल हो गए सीगे और दो बच्चे भी, एक बच्चे दी उमर 10 साल आ, दूजी दी कुड़ी दी शायद 8 साल आ। ते किवें बच्चे मापियां दी इज्जतां रोलदे आ, तुसीं मुंडे दी फोटो देख सकदे आ और आपां और किवें बच्चे मापियां दी रोलदे आ। ਜਿਹੜੇ ਮੁੰਡੇ ਨਾਲ ਇਹ ਕੁੜੀ ਘਰੋਂ ਗਈ ਆ ਇਹ ਮੁੰਡਾ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਸੀਗਾ। ਤੇ ਜਦੋਂ ਇਹਦੇ ਘਰੇ ਜਾ ਕੇ ਸਾਰਾ ਕੁਝ ਪਤਾ ਕਿ ਇਹ ਮੁੰਡੇ ਦੀ ਵੀ ਮਾਂ ਘਰ ਛੱਡ ਕੇ ਜਾ ਚੁੱਕੀ, ਮਾਂ ਨੂੰ ਘਰੇ ਲਿਆਉਣਾ ਚਾਹੁੰਨਾ ਤਾਂ ਮੈਂ ਇਸ ਘਰ 'ਚ ਨਹੀਂ ਰਹਿ ਸਕਦੀ। ਉਹ ਮਾਂ ਇਹਦੀ ਘਰ ਛੱਡ ਕੇ ਚਲੀ ਗਈ ਆ। ਔਰ ਇਹਦੇ ਦਾਦੇ ਨੇ ਪਰ ਪਿਛਲੇ 25-30 ਸਾਲ ਤੋਂ ਸਰਪੰਚੀ ਕੀਤੀ ਸੀ ਪਿੰਡ 'ਚ। ਤੁਸੀਂ ਦੇਖੋ ਜਿਹੜੇ ਬੰਦੇ ਸਾਹਮਣੇ 4 ਬੰਦੇ ਗੱਲ ਨਹੀਂ ਕਰਦੇ ਹੋਣੇ, ਅੱਜ ਉਹ ਦਾਦੇ ਦਾ ਰੋ ਰੋ ਕੇ ਬੁਰਾ ਹਾਲ ਆ। ਮੁੰਡੇ ਦੇ ਪਿਓ ਦੀ ਪਿਛਲੇ ਕਰੋਨਾ ਕਾਲ 'ਚ ਡੈਥ ਹੋ ਗਈ ਸੀਗੀ, ਮੌਤ ਹੋ ਗਈ ਸੀ। ਔਰ ਦੇਖੋ ਅੱਜ ਕਿੰਨਾ ਨਾਂ ਚਮਕਾ ਰਿਹਾ ਬੰਦਾ। ਵੀ ਬੰਦੇ ਨੇ ਦੱਸਿਆ ਕਿ ਵੀਰੇ ਜਦੋਂ ਮੈਨੂੰ ਪਤਾ ਲੱਗਿਆ ਸੀਗਾ ਇਹ ਪਹਿਲਾਂ ਵੀ ਘਰ ਛੱਡ ਕੇ ਜਾ ਚੁੱਕੀ ਸੀਗੀ ਤੇ ਮੈਂ ਬਹੁਤ ਸਮਝਾਇਆ ਸੀਗਾ ਇਹਨੂੰ ਫੋਨ ਕਾਲ ਕਰਕੇ ਕਿ ਤੂੰ ਘਰ ਛੱਡ ਕੇ ਨਾ ਜਾ, ਵਾਪਿਸ ਆ ਜਾ। ਤਾਂ ਉਹ ਫਿਰ ਵਾਪਿਸ ਆ ਗਈ ਸੀ ਔਰ 1 ਮਹੀਨੇ ਬਾਅਦ ਫਿਰ ਚਲੀ ਗਈ। ਔਰ ਕਹਿੰਦਾ ਮੈਂ ਆਹ ਬੰਦੇ ਦੀਆਂ ਮਿਹਨਤਾਂ ਕਰ ਰਿਹਾ। ਕੁੜੀ ਦੇ ਘਰ ਵਾਲਾ ਕਹਿੰਦਾ ਉਹਨੇ 50000 ਨਾਮ ਵੀ ਰੱਖਿਆ ਸੀਗਾ ਤੇ ਮੁੰਡੇ ਨੇ ਨਾਮ ਰੱਖਿਆ ਸੀ। ਇਹਦੇ ਘਰ ਵਾਲੇ ਨੇ ਕਹਿੰਦਾ ਬਈ ਮੈਂ 50000 ਰੁਪਇਆ ਨਾਮ ਰੱਖਣ ਨੂੰ ਤਿਆਰ ਆ। ਜਿੱਥੇ ਇਹ ਕੁੜੀ ਰਹਿ ਰਹੀ ਸੀ ਆਹ ਮੁੰਡੇ ਨਾਲ ਜਲਾਲਾਬਾਦ ਤੋਂ ਸਾਨੂੰ ਪਤਾ ਲੱਗਿਆ ਸੀ ਉੱਥੇ ਨਾਲ ਹੀ ਨੇੜੇ ਕਮਰਾ ਕਿਰਾਏ ਤੇ ਲੈ ਕੇ ਉੱਥੇ ਦੋਵੇਂ ਰਹਿ ਰਹੇ ਸੀਗੇ ਔਰ ਨਿੱਤ ਇਹਨਾਂ ਦਾ ਕੁੱਤ ਕਲੇਸ਼ ਹੁੰਦਾ ਸੀ। ਇਹ ਅੱਜ ਦੀਆਂ ਨੌਜਵਾਨ ਮੁੰਡੇ ਕੁੜੀਆਂ ਲਈ ਵੀ ਆ। ਜਿਹੜੇ ਤੁਸੀਂ ਕਿਸੇ ਮੁੰਡੇ ਪਿੱਛੇ ਲੱਗ ਕੇ ਆਪਣਾ ਘਰ-ਬਾਰ ਛੱਡਦੇ ਨਹੀਂ ਨਾ, ਬਾਅਦ ਚੋਂ ਕੀ ਹਾਲਾਤ ਹੁੰਦੇ ਪਤਾ ਬਾਅਦ ਚੋਂ ਲੱਗਦਾ। ਕਿ ਮੁੰਡੇ ਪਹਿਲਾਂ ਸੁਪਨੇ ਬਹੁਤ ਦਿਖਾ ਦਿੰਦੇ ਆ ਕਿ ਤੈਨੂੰ ਮੈਂ ਸ਼ਿਮਲੇ ਲੈ ਜਾਊਂਗਾ, ਤੈਨੂੰ ਮੈਂ ਬਾਹਰ ਲੈ ਜਾਊਂਗਾ। ਆਪ ਤੰਦਰ ਬਾਅਦ ਚੋਂ ਪਤਾ ਲੱਗਦਾ ਹੁੰਦਾ ਜਿਹੜਾ ਮੋਟਰਸਾਈਕਲ ਬੁਲਟ ਮੰਗ ਕੇ ਲਿਆਉਂਦਾ ਸੀ ਉਹ ਵੀ ਯਾਰਾਂ ਦੋਸਤਾਂ ਦਾ ਹੁੰਦਾ ਸੀ। ਔਰ ਇਹ ਕੁੜੀ ਨਿੱਤ ਹੁਣ ਉਹਨਾਂ ਦੇ ਗੁਆਂਢੀਆਂ ਨੇ ਦੱਸਿਆ ਜਿੱਥੇ ਕਿਰਾਏ ਦੇ ਭੱਜ ਕੇ ਕਮਰਾ ਲੈ ਕੇ ਰਹਿ ਰਹੇ ਸੀ ਕਿ ਬਾਈ ਨਿੱਤ ਕੁੱਤ ਕਲੇਸ਼ ਹੁੰਦਾ ਸੀਗਾ। ਕੁੜੀ ਕਹਿੰਦੀ ਸੀ ਮੈਨੂੰ ਆਪਦੇ ਘਰ ਲੈ ਕੇ ਜਾ, ਮੁੰਡਾ ਕਹਿੰਦਾ ਸੀਗਾ ਮੇਰੀ ਮਾਂ ਘਰ ਛੱਡ ਕੇ ਚਲੀ ਗਈ ਮੈਂ ਕਿਵੇਂ ਲੈ ਕੇ ਜਾਵਾਂ। ਔਰ ਦੇਖੋ ਸਾਡੇ ਸਮਾਜ 'ਚ ਕਿੱਦਾਂ ਦੀ ਆ ਮਾਂ ਦੀ। ਮੈਂ ਤਾਂ ਕਲਯੁਗੀ ਦੀ ਗੱਲ ਕਰੂੰਗਾ ਕਿ ਯਾਰ 1 ਮਿੰਟ ਲਈ ਨਹੀਂ ਇਹਨੇ ਸੋਚਿਆ ਕਿ ਉਹ ਬੰਦਾ ਇਹਨੂੰ ਕਿੰਨਾ ਪਿਆਰ ਕਰਦਾ ਹੋਊਗਾ। ਇਹਦੇ ਘਰ ਵਾਲਾ ਜਿਹੜਾ ਹਜੇ ਵੀ ਕਹਿ ਰਿਹਾ ਕਿ ਬਾਈ ਮੈਂ ਤਾਂ ਘਰ ਵਸਾ ਲੈਣਾ ਯਾਰ। ਤੁਸੀਂ ਦੇਖੋ ਕਿੰਨਾ ਉਹ ਬੰਦਾ ਕਿਸ ਲੈਵਲ ਦਾ ਪਿਆਰ ਕਰਦਾ ਹੋਊਗਾ। ਉਹ ਇਹਦੇ ਲਈ ਨਹੀਂ, ਉਹਨੂੰ ਫਿਕਰ ਆਪਣੇ ਬੱਚਿਆਂ ਦੀ। ਜਿਹੜੇ 2 ਬੱਚੇ ਛੱਡ ਕੇ ਕਿਹਾ ਜਾਂਦਾ ਕਿ ਇੱਕ ਮਾਂ ਦਾ ਜਿਹੜਾ ਪਿਆਰ ਹੁੰਦਾ ਨਾ, ਮਾਂ ਦਾ ਆਪਣੇ ਬੱਚੇ ਨਾਲ ਪਿਆਰ ਹੁੰਦਾ। ਬਾਈ ਜੀ ਆਪਣੀਆਂ ਨਾੜਾਂ ਕੱਟ ਕੇ ਦੂਜਾ ਕਿਸੇ ਨੂੰ ਜਨਮ ਦੇਣਾ, ਇਹ ਬੰਦਾ ਇਹ ਕੰਮ ਨਹੀਂ ਕਰ ਸਕਦਾ। ਔਰ ਤੁਸੀਂ ਦੇਖੋ ਕਿੱਡੀ ਵੱਡੀ ਕੀ ਸਵਾਦ ਪਿਆ ਦੁਨੀਆ ਨੂੰ ਐਸਾ ਕਿ ਜਿਹੜੇ ਬੱਚੇ ਆ ਸਾਡੇ 10 ਸਾਲ ਦੇ, ਉਹ ਬਾਈ ਦਾ 28 ਸਾਲ ਰਿਸ਼ਤਾ ਸੀਗਾ ਇਸ ਕੁੜੀ ਨਾਲ, ਬਚਪਨ ਤੋਂ ਜਾਣਦੇ ਸੀਗੇ, ਫਿਰ ਵਿਆਹ ਕਰਵਾਇਆ। ਔਰ ਜੇ ਇਦਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਮੇਰੇ ਹਿਸਾਬ ਨਾਲ ਲੋਕਾਂ ਦਾ ਵਿਆਹਾਂ ਤੋਂ ਵੀ ਵਿਸ਼ਵਾਸ ਉੱਠਣ ਲੱਗਿਆ। ਟਾਈਮ ਨਹੀਂ ਲੱਗਣਾ, ਕਰਾਈਏ ਕੀ ਹਾਲਾਤ ਹੋ ਰਹੇ ਸਮਾਜ ਦੇ। ਔਰ ਹਲੇ ਵੀ ਇਹ ਘਰੇ ਨਹੀਂ ਆਏ। ਇਹ ਮੁੰਡੇ ਦੀ ਫੋਟੋ ਤੁਸੀਂ ਵੀਡੀਓ ਦੇਖ ਕੇ ਸ਼ੇਅਰ ਕਰੋ। ਹਲੇ ਵੀ ਭੱਜੇ ਹੋਏ। ਪਰਿਵਾਰ ਨੇ ਇਹ ਕਿਹਾ ਵਾ, ਪੁਲਿਸ ਪ੍ਰਸ਼ਾਸਨ ਨੇ ਇਹ ਕਿਹਾ ਵਾ ਕਿ ਅਸੀਂ ਪਰਿਵਾਰ ਨੇ ਵੀ ਕਿਹਾ ਕਿ 10 ਦਿਨ ਤੱਕ ਅਸੀਂ ਤੁਹਾਨੂੰ ਮੁੰਡਾ ਕੁੜੀ ਪੇਸ਼ ਕਰ ਦਾਂਗੇ। ਤੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਵੀ ਇਹ ਕਿਹਾ, ਮੁੰਡੇ ਦਾ ਤਾਂ ਪਤਾ ਹੀ ਹੁੰਦਾ ਪਰਿਵਾਰ ਨੂੰ ਤਾਂ ਕਿ ਮੁੰਡਾ ਕਿੱਥੇ ਰਹਿ ਰਿਹਾ, ਕਿੱਥੇ ਨਹੀਂ ਰਹਿ ਰਿਹਾ, ਕਿੱਥੇ ਗਏ ਆ। ਇਹ ਪਤੰਦਰ ਸਵੇਰੇ ਘਰੋਂ ਚਲਾ ਜਾਂਦਾ, ਰਾਤ ਨੂੰ ਘਰ ਆ ਜਾਂਦਾ। ਤਾਂ ਬੁਰਾ ਹਾਲ ਤੋਂ ਬੰਦੇ ਦਾ ਹੋਇਆ ਪਿਆ ਵਾ। 10 ਕਿੱਲੇ ਮੁੰਡੇ ਨੂੰ ਜ਼ਮੀਨ ਦੇ ਆਉਂਦੇ ਸੀ। ਘਰੇ ਕਹਿੰਦਾ ਬਈ ਗੱਡੀ ਸੀ, ਟਰੈਕਟਰ ਘਰੇ ਆ, ਸਾਰਾ ਪੈਸਾ ਧੇਲਾ ਜਿੰਨਾ ਵੀ ਸੀਗਾ ਕੁੜੀ ਦੇ ਹੱਥ 'ਚ ਹੀ ਹੁੰਦਾ ਸੀ। ਫਿਰ ਪਤਾ ਨਹੀਂ, ਮੈਂ ਕਹਿੰਦਾ ਕਿਹੜਾ ਇਹਦਾ ਦਿਮਾਗ ਘੁੰਮਿਆ ਹੁਣ, ਐਸਾ ਕੀ ਪਾਗਲ ਹੋਏ ਪਏ ਆ, ਲੋਕਾਂ ਨੂੰ ਦੀਂਦਾ ਕੀ ਆ। ਆ ਜਿਹੜੇ ਮੁੰਡੇ ਨਾਲ ਗਈ ਆ ਨਾ, ਤੁਸੀਂ ਦੇਖੋ ਕਿ ਕਿਸ ਲੈਵਲ ਤੇ ਕੁੜੀਆਂ ਦਾ ਅੱਜ ਕੱਲ ਆਸ਼ਕੀ ਚੱਕਰਾਂ 'ਚ ਦਿਮਾਗ ਖਰਾਬ ਹੋ ਚੁੱਕਿਆ ਕਿ ਬੰਦੇ ਘਰੇ 2 ਕਮਰੇ ਵੀ ਛੱਤੇ ਹੈ ਨਹੀਂ ਚੱਜ ਨਾਲ। ਔਰ ਜਿਸ ਘਰੋਂ ਗਈ ਆ ਰਾਜ ਕਰਦੀ ਸੀ। ਕੀ ਹਾਲਾਤ ਹੋ ਗਏ ਸਮਾਜ ਦੇ। ਕੁੜੀਆਂ ਕਿਸੇ ਦੀਆਂ ਗੱਲਾਂ 'ਚ ਆ ਕੇ ਨਾ ਬਈ ਗਲਤ ਕਦਮ ਚੱਕ ਲੈਂਦੀਆਂ। ਮੇਰੇ ਕੋਲੇ ਬਹੁਤ ਕੇਸ, ਜਦੋਂ ਅਸੀਂ ਹਸਪੀਟਲ 'ਚ ਖੜਦੇ ਆ ਨਾ, ਸਾਡੇ ਕੋਲੇ ਰੋਜ਼ ਐਸੇ 4-5 ਕੇਸ ਆਉਂਦੇ ਵੇ ਆ ਕਿ ਜਿਹਦੇ ਵਿੱਚੋਂ ਕੁੜੀਆਂ ਮੁੰਡਿਆਂ ਦੀਆਂ ਗੱਲਾਂ 'ਚ ਆ ਕੇ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ। ਬਹੁਤ ਸਾਰੀਆਂ ਲਵ ਮੈਰਿਜ ਸਫਲ ਵੀ ਹੁੰਦੀਆਂ, ਬਹੁਤ ਸਾਰੇ ਮੁੰਡੇ ਨਿਭਾਉਂਦੇ ਵੀ ਆ, ਸੱਚੇ ਦਿਲੋਂ ਨਿਭਾਉਂਦੇ ਆ। ਤੇ ਕਈ ਵਾਰ ਤਾਂ ਐਸੇ ਹਾਲ ਹੁੰਦੇ ਆ ਕਿ ਹਾਂ ਪਿਆਰ ਕਰਨਾ ਗਲਤ ਗੱਲ ਨਹੀਂ, ਪਰ ਉਸ ਪਿਆਰ ਦੇ ਚੱਕਰ 'ਚ ਘਰਦਿਆਂ ਦੀ ਇੱਜ਼ਤ ਨਿਲਾਮ ਕਰਨੀ ਇਹ ਬਹੁਤ ਗਲਤ ਗੱਲ ਆ ਬਈ। ਜਿਹੜੇ ਮਾਂ ਪਿਓ ਨੇ ਤੁਹਾਨੂੰ ਸਾਰੀ ਜ਼ਿੰਦਗੀ ਪਾਲਿਆ, ਇੱਕ ਮਾਂ ਹੀ ਐਸੀ ਹੁੰਦੀ ਜਿਹੜੀ 9 ਮਹੀਨੇ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਵੱਧ ਜਾਣਦੀ ਹੁੰਦੀ ਆ, ਔਰ ਤੁਸੀਂ ਜਵਾਨੀ ਦੇ ਵਿੱਚ ਐਸੀਆਂ ਗਲਤੀਆਂ ਕਰ ਬੈਠੇ ਜਿਹੜਾ ਤੁਹਾਨੂੰ ਹਰ ਬੰਦੇ ਨੂੰ ਪਛਤਾਉਣਾ ਪੈਂਦਾ। ਜਿਨ੍ਹਾਂ ਨੇ ਵੀ ਘਰਦਿਆਂ ਤੋਂ ਵੱਖ ਹੋ ਕੇ ਵਿਆਹ ਕਰਵਾਏ ਹੋਣਗੇ ਨਾ, ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਅੱਜ ਉਹਨਾਂ ਤੋਂ ਪੁੱਛ ਕੇ ਦੇਖੋ ਇੱਕ ਵਾਰੀ ਉਹਨਾਂ ਕੋਲੇ 10 ਮਿੰਟ ਬਹਿ ਕੇ, ਕਿ ਉਹ ਬੰਦੇ ਕੰਨਾਂ ਨੂੰ ਹੱਥ ਲਾ ਰਹੇ ਆ ਕਿ ਸਾਡਾ ਕੱਖ ਨਹੀਂ ਰਿਹਾ। ਹੁਣ ਅੱਜ ਮੁੰਡੇ ਨਾਲ ਆਹ ਮੁੰਡਾ ਇਹਦਾ ਫੋਨ ਕਾਲ ਚੱਕਣਾ ਬੰਦ ਕਰ ਦਵੇ, ਘਰੇ ਲਿਜਾ ਨਹੀਂ ਰਿਹਾ, ਫੋਨ ਬੰਦ ਕਰਕੇ ਆਪਦਾ ਕਿਤੇ ਚਲਾ ਜਾਵੇ, ਕੁੜੀ ਕੀ ਕਰੂਗੀ ਬਈ, ਕਿੱਥੇ ਜਾਊਗੀ? ਨਾ ਅੱਗੇ ਦਾ ਰਿਹਾ ਨਾ ਬੰਦਾ ਪਿੱਛੇ ਦਾ ਰਿਹਾ। ਇਹ ਪਹਿਲਾਂ ਸੋਚਣਾ ਚਾਹੀਦਾ ਅੱਜ ਦੀਆਂ ਕੁੜੀਆਂ ਨੂੰ ਨਾ, ਕਿਉਂਕਿ ਜਦੋਂ ਆਪਣਾ ਕਿਸੇ ਵੀ ਮੁੰਡੇ ਤੇ ਵਿਸ਼ਵਾਸ ਕਰਨਾ ਹੁੰਦਾ ਵਾ ਪਹਿਲਾਂ ਇਹ ਸੋਚ ਲਿਆ ਕਰੋ ਉਹਨੇ 20-25 ਸਾਲ ਦੀ ਜ਼ਿੰਦਗੀ 'ਚ ਆਪਣੇ 'ਚ ਕੀ ਕੀਤਾ। ਜਿਹੜੇ ਬੰਦੇ ਨੇ ਕਦੇ 20 ਸਾਲ ਮੈਂ ਆਪਦੀ ਮਾਂ ਪਿਓ ਨੂੰ ਕਦੇ ਰੋਟੀ ਨਾ ਖਵਾਈ ਹੋਵੇ, ਦੂਜੇ ਨੂੰ ਮੈਂ ਸ਼ਿਮਲੇ ਜਾਣ ਦੇ ਸੁਪਨੇ ਦਿਖਾਈ ਜਾਵਾਂ, ਉਹ ਕਿੱਥੋਂ ਪੂਰੇ ਕਰ ਦੂ ਬੰਦਾ ਬਈ? ਸਾਡੇ ਕੋਲੇ ਕੇਸ ਆਉਂਦੇ ਆ ਬਈ, ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾ ਕੇ ਕੁੜੀਆਂ ਮੁੰਡੇ ਵਿਆਹ ਕਰਵਾ ਲੈਂਦੇ ਆ, ਤੇ ਵਿਆਹ ਕਰਵਾ ਕੇ ਜਦੋਂ ਘਰ ਦੇ ਘਰੇ ਨਹੀਂ ਵਾੜਦੇ ਤੇ ਬਾਅਦ 'ਚੋਂ ਕੀ ਹੁੰਦਾ, ਬੱਚੇ ਹੱਥ 'ਚ ਚੱਕੇ ਹੁੰਦੇ ਕਿ ਸਾਡੇ ਬਾਈ ਜੀ ਘਰੋਂ ਮਾਂ ਪਿਓ ਨੇ ਕੱਢਤਾ ਸੀ, ਵਿਆਹ ਕਰਵਾਇਆ ਸੀਗਾ, ਅੱਜ ਸਾਡਾ ਬੱਚਾ ਬਿਮਾਰ ਆ, 10-10 ਰੁਪਏ ਭੀਖ ਮੰਗਦੇ ਫਿਰਦੇ ਸੀ। ਕੀ ਹਾਲਾਤ ਹੋਏ ਆ। ਬਾਕੀ ਤੁਹਾਡੇ ਕੋਲੇ ਇੱਕ ਹੋਰ ਬੇਨਤੀ ਕਰਨੀ ਚਾਹੂੰਗਾ, ਇੱਕ ਅਸੀਂ ਨਵਾਂ ਕੰਮ ਕਰਨ ਸ਼ੁਰੂ ਜਾ ਰਹੇ ਹਾਂ ਜਿਹਦੇ ਵਿੱਚ ਕਿਸੇ ਬੱਚਿਆਂ ਦੇ ਮਾਂ ਪਿਓ ਦੇ ਘਰ ਪੈਣ ਵਾਲੇ ਬੱਚੇ ਸਿਰ ਤੇ ਹੈ ਨਹੀਂ ਗੇ, ਬਜ਼ੁਰਗ ਮਾਂ ਪਿਓ ਉਹਨਾਂ ਕੋਲੇ ਜਗ੍ਹਾ ਹੈਗੀ ਆ ਘਰ ਪਾਉਣ ਲਈ ਹੈ ਨਹੀਂ ਗਾ, ਘਰ ਟੁੱਟਿਆ ਵਾ, ਤੇ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾਇਓ। ਕਈ ਬੰਦਿਆਂ ਨੂੰ ਬੜੀ ਦਿੱਕਤ ਹੁੰਦੀ ਆ ਆਪਣੇ ਆਪ ਨੂੰ ਸਮਾਜ ਸੇਵੀ ਕਹਾਉਣ ਵਾਲੇ। ਮੈਨੂੰ ਇੱਕ ਬੰਦੇ ਵੀਡੀਓ ਆਈ, ਕਹਿੰਦੇ ਬਾਈ ਬਹੁਤ ਸਾਰੇ ਲੋਕੀ ਕਹਿੰਦੇ ਆ ਕਿ ਅਸੀਂ ਤਾਂ ਸਿਰਫ ਮਰੀਜ਼ਾਂ ਦੇ ਕਰਦੇ ਨਹੀਂ, ਕਿਸੇ ਦਾ ਵਿਆਹ ਵੀ ਕਰਤਾ, ਕਿਸੇ ਦਾ ਘਰੇ ਰਾਸ਼ਨ ਵੀ ਪਹੁੰਚਾਤਾ। ਦੇਖੋ ਪੈਸੇ ਡੋਨਰਾਂ ਨੇ ਦੇਣੇ ਆ, ਤੁਹਾਡਾ ਢਿੱਡ ਪੀੜ ਕਾਹਤੋਂ ਹੁੰਦਾ? ਇੱਕ ਬੰਦਾ ਕਹਿੰਦਾ ਸਾਡੀਆਂ ਲੱਤਾਂ ਤਾਂ ਨਹੀਂ ਭਾਰ ਚੱਲਦੀਆਂ, ਅਸੀਂ ਤਾਂ ਇਕੱਲਾ ਮਰੀਜ਼ਾਂ ਦੇ ਕਰਦੇ ਹਾਂ। ਤਾਂ ਮੈਂ ਵੀਰੇ ਨੂੰ ਕਹਿਣਾ ਚਾਹੂੰਗਾ, ਵੀਰੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੁਸੀਂ ਇਹ ਕਦਮ ਚੱਕਿਓ ਵੀ ਨਾ। ਸਾਡੀਆਂ ਲੱਤਾਂ ਭਾਰ ਚੱਲਦੀਆਂ, ਅਸੀਂ ਕਰ ਲਾਂਗੇ। ਬਹੁਤ ਸ਼ਰਮ ਗੱਲ ਆਉਂਦੀ ਹੈ, ਸ਼ਰਮ ਵਾਲੀ ਗੱਲ ਆ ਜਦੋਂ ਇੱਕ ਬੰਦਾ ਤੁਸੀਂ ਸੇਵਾ ਕਰ ਰਹੇ ਆ, ਸੇਵਾ ਕਰਨ ਦੇ ਨਾਲ ਨਾਲ ਇੰਸਟਾਗ੍ਰਾਮ 'ਤੇ ਤਾਂ ਮੈਨੂੰ ਰੀਲਾਂ ਬਹੁਤ ਸੋਹਣੀਆਂ ਪਾਉਣੀਆਂ ਆਉਂਦੀਆਂ, ਪਰ ਜਿਹੜੀ ਗੰਦੀ ਸੋਚ ਆ ਸਾਡੀ, ਉਹ ਵੀ ਸ਼ਾਇਦ ਜਿੱਦਾਂ ਦਾ ਬੰਦਾ ਸੋਸ਼ਲ ਮੀਡੀਆ 'ਤੇ ਹੈਗਾ ਜੇ ਅਸਲ 'ਚ ਵੀ ਉੱਦਾਂ ਦਾ ਹੋ ਜੇ ਤੇ ਮੇਰੇ ਹਿਸਾਬ ਨਾਲ ਦੁਨੀਆ ਬਹੁਤ ਸੋਹਣੀ ਹੋ ਜੂ ਬਾਈ। ਸੋਸ਼ਲ ਮੀਡੀਆ 'ਤੇ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਵਰਗਾ ਦਾ ਰੱਬ ਬੰਦਾ ਹੀ ਕੋਈ ਨਹੀਂ, ਸਾਡੇ ਜਿਹਦਾ ਜੀ ਕੋਈ ਔਗਣੀ ਹੈ ਨਹੀਂ, ਤਾਂ ਪਿੱਠ ਪਿੱਛੇ ਅਸੀਂ ਸਾੜਨ ਲੱਗੇ, ਸਾੜਾ ਰੱਖਣ ਲੱਗੇ, ਮਿੰਟ ਨਹੀਂ ਮਰਦੇ। ਸਮਾਜ ਸੇਵੀ ਬਣਨ ਤੋਂ ਪਹਿਲਾਂ ਨਾ, ਇੱਕ ਵੱਡੇ ਬੰਦੇ ਬਣਨ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਜ਼ਰੂਰ ਬਣ ਜਿਓ। ਅਸੀਂ ਜ਼ਰੂਰ ਆਪਣੇ ਆਪ ਨੂੰ ਸਮਾਜ ਸੇਵੀ ਕੇ ਖਵਾ ਲੈਂਦੇ ਜੀ, ਸਾਡੇ ਵਰਗਾ ਦਾ ਕੋਈ ਪੁੰਨ ਵਾਲਾ ਕੰਮ ਨਹੀਂ ਕਰ ਰਿਹਾ। ਪਤੰਦਰੋਂ ਅੰਦਰ ਤਾਂ ਝਾਤ ਮਾਰ ਕੇ ਦੇਖੋ, ਜੇ ਤੁਸੀਂ ਸੇਵਾ ਕਰ ਰਹੇ ਆ, ਦੂਜਾ ਬੰਦਾ ਕੋਈ ਸੇਵਾ ਕਰ ਰਿਹਾ, ਉਹ ਥੋੜ੍ਹੀ ਕਰ ਰਿਹਾ, ਚੰਗੀ ਕਰ ਰਿਹਾ, ਮਾੜੀ ਕਰ ਰਿਹਾ, ਐਵੇਂ ਮੈਂ ਉਹਦੀਆਂ ਲੱਤਾਂ ਖਿੱਚੀ ਜਾਵਾਂ ਹੈ ਨਾ, ਆਪ ਮੈਂ ਚੱਜ ਨਾਲ ਕੁਛ ਕਰ ਨਹੀਂ ਪਾਉਂਦਾ, ਉਹਦਾ ਕੀ ਫਾਇਦਾ? ਇੱਕ ਸੇਵਾ ਜਿਹੜੀ ਪ੍ਰਮਾਤਮਾ ਨੇ ਸ਼ਬਦ ਬਣਾਇਆ ਸੀ ਨੇ, ਇਹ ਬਹੁਤ ਵੱਡਾ ਬਣਾਇਆ ਸੀ ਬਾਈ। ਅੱਜ ਕੱਲ੍ਹ ਦੇ ਲੋਕਾਂ ਨੇ ਕੀ ਬਣਾ ਲਿਆ? ਮਸ਼ਹੂਰੀ ਬਣਾ ਲਈ ਆ। ਸੇਵਾ ਕਰਦੇ ਸੀ ਭਗਤ ਪੂਰਨ ਸਿੰਘ ਵਰਗੇ, ਭਾਈ ਘਨਈਆ ਜੀ ਵਰਗੇ, ਅੱਜ ਕੱਲ੍ਹ ਦੇ ਤਾਂ ਫੁਕਰੇ ਆ ਸਾਡੇ ਵਰਗੇ। ਕਿ ਹਾਂ ਸੇਵਾ ਦਾ ਮਤਲਬ ਤਾਂ ਇਹ ਹੁੰਦਾ, ਸਭ ਤੋਂ ਵੱਡੀ ਚੀਜ਼ ਆ ਕਿ ਬੰਦੇ ਨੂੰ ਨਿਮਰਤਾ ਰੱਖਣੀ ਚਾਹੀਦੀ ਆ। ਮੈਂ ਸੇਵਾ ਕਰ ਰਿਹਾ, ਕਿਸੇ ਦਾ ਘਰ ਪੈ ਰਿਹਾ ਜਾਂ ਕਿਸੇ ਦਾ ਆਪਾਂ ਇਲਾਜ ਕਰਵਾ ਰਹੇ ਹਾਂ, ਉਹ ਸਹੀ ਕਰ ਰਹੇ ਹਾਂ ਆਪਾਂ। ਕੋਈ ਬੰਦਾ ਕੀ ਕਰ ਰਿਹਾ ਉਹਦੇ ਨਾਲ ਆਪਾਂ ਨੂੰ ਇਹ ਨਹੀਂ ਮਤਲਬ ਹੋਣਾ ਚਾਹੀਦਾ ਕਿ ਮੈਂ ਜ਼ਿੰਦਗੀ ਜਿਹੀ ਦਿਖਾਈ ਜਾਵਾਂ, ਬਸ ਜੀ ਸਾਰਾ ਕੁਝ ਤਾਂ ਮੈਂ ਹੀ ਕਰ ਰਿਹਾ, ਸਾਹਮਣੇ ਵਾਲਾ ਬੰਦਾ ਤਾਂ ਪਾਗਲ ਚੁਦਾਈ ਆ, ਇਹਨਾਂ ਨੇ ਤਾਂ ਦੁਨੀਆਦਾਰੀ ਦੇਖੀ ਨਹੀਂ, ਇਹਨਾਂ ਨੂੰ ਕੀ ਪਤਾ। ਰੋਟੀ ਨੂੰ ਸਾਰੇ ਰੋਟੀ ਕਹਿੰਦੇ ਆ ਬਾਈ, ਚੂਜੀ ਕੋਈ ਨਹੀਂ ਕਹਿੰਦਾ, ਰੋਟੀ ਉਹ ਕਹਿੰਦੇ ਸਾਰੇ। ਤੇ ਵੀਡੀਓ ਸ਼ੇਅਰ ਕਰਕੇ ਹਰ ਬੰਦੇ ਤੱਕ ਪਹੁੰਚਾਇਓ। ਤੇ ਤੁਹਾਡੇ ਕੋਲੇ ਹੋਰ ਵੀ ਕੋਈ ਕੇਸ ਆਉਂਦੇ ਆ, ਤੁਹਾਡੇ ਕੋਲੇ ਕੋਈ ਘਰ ਪੈਣ ਵਾਲਾ ਵਾ ਜਾਂ ਕਿਸੇ ਦਾ ਵਿਆਹ ਹੋਣ ਵਾਲਾ, ਧੀ ਪੁੱਤ ਦਾ, ਜਿਹੜੇ ਬਹੁਤ ਹੀ ਧੀਆਂ ਦਾ ਤੇ ਬਹੁਤ ਹੀ ਲੋੜਵੰਦ ਪਰਿਵਾਰ ਆ, ਤੇ ਅਸੀਂ ਸਾਰੇ ਪੰਜਾਬ ਦੇ ਦੁੱਖ ਤਾਂ ਆਪਾਂ ਨਹੀਂ ਠੀਕ ਕਰ ਸਕਦੇ, ਪਰ ਫਿਰ ਵੀ ਬਾਈ ਜੀ ਜਿੰਨਾ ਕੁ ਪਰਮਾਤਮਾ ਨੇ ਸਾਡੇ ਤੋਂ ਸੇਵਾ ਲੈਣੀ ਆ ਆਪਾਂ ਜ਼ਰੂਰ ਕਰਾਂਗੇ। ਨੰਬਰ 7888831616 7888831616 ਨੰਬਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।